ਦਾ ਨਰਮ ਜਵਾਬ ਗੁੱਸੇ ਨੂੰ ਠੰਡਾ ਕਰ ਦਿੰਦਾ ਹੈ ਪਰ ਕਠੋਰ ਬੋਲ ਕ੍ਰੋਧ ਭੜਕਾਉਂਦਾ ਹੈ। ਹਾਲੇਲੂਇਆ। ਕੀ ਕਿਹਾ? ਕਹਿੰਦੇ ਨਰਮ ਜਵਾਬ। ਜੇ ਆਪਾਂ ਨਾਲ ਕੋਈ ਲੜਦਾ ਆਪਾਂ ਅਗਾਂਹ ਉਹਨੂੰ ਕੋਈ ਜਵਾਬ ਨਾ ਦੇਵਾਂਗੇ ਫਿਰ ਆਪਣਾ ਗੁੱਸਾ ਵੀ ਠੰਡਾ ਹੋ ਜਾਂਦਾ। ਹਾਲੇਲੂਇਆ। ਜੇ ਆਪਾਂ ਗੁੱਸੇ ਦੇ ਨਾਲ ਭਰੇ ਵੇ ਹਾਂ ਆਪਾਂ ਨੂੰ ਫਿਰ ਕ੍ਰੋਧ ਆਉਣ ਲੱਗ ਜਾਂਦਾ। ਹਾਲੇਲੂਇਆ। ਇਹ ਆਪਾਂ ਚੈੱਕ ਕਰਿਆ ਕਰੋ ਜਦੋਂ ਆਪਾਂ ਪਰਮੇਸ਼ੁਰ 'ਚ ਆ ਜਾਂਦੇ ਫਿਰ ਆਪਾਂ ਨੂੰ ਪਤਾ ਲੱਗਦਾ ਆਪਾਂ ਨੂੰ ਕੋਈ ਜੇ ਗੱਲ ਵੀ ਕਹਿੰਦਾ ਆਪਾਂ ਨੂੰ ਉਹ ਸਹਿਣੀ ਪੈ ਜਾਂਦੀ ਹੈ। ਹਾਲੇਲੂਇਆ। ਜੇ ਤਾਂ ਆਪਾਂ ਕਿਸੇ ਦੀ ਗੱਲ ਸਹਿ ਲਈ ਫਿਰ ਤਾਂ ਵਾਕਿਆ ਹੀ ਆਪਣਾ ਗੁੱਸਾ ਚਲਾ ਗਿਆ, ਪਰਮੇਸ਼ੁਰ ਆਪਣੇ ਅੰਦਰ ਵਾਸ ਕਰਦਾ। ਹਾਲੇਲੂਇਆ। ਜੇ ਆਪਾਂ ਨੂੰ ਮਾੜੀ ਜਿਹੀ ਗੱਲ 'ਤੇ ਗੁੱਸਾ ਆਉਂਦਾ ਫਿਰ ਸੋਚਿਆ ਕਰੋ ਹਜੇ ਸਾਡੇ 'ਚ ਕੋਈ ਕਮੀ ਹੈ। ਹਾਲੇਲੂਇਆ। ਕਹਿੰਦਾ ਬੁੱਧਵਾਨ ਦੀ ਜੀਵ ਗਿਆਨ ਦਾ ਠੀਕ ਬਖਾਣ ਕਰਦੀ ਹੈ ਪਰ ਮੂਰਖਾਂ ਦੇ ਮੂੰਹੋਂ ਬਸ ਮੂਰਖਤਾ ਹੀ ਉਛਲਦੀ ਹੈ। ਹਾਲੇਲੂਇਆ। ਕਹਿੰਦਾ ਜਿਹੜਾ ਬੁੱਧੀਮਾਨ ਆ ਉਹ ਕੋਈ ਗੱਲ ਸੁਣਾਊਗਾ ਤਾਂ ਆਪਣੇ ਭਲੇ ਲਈ ਹੋਊਗੀ। ਹਾਲੇਲੂਇਆ। ਜਿਹੜੇ ਮੂਰਖ ਹੈ ਕਹਿੰਦਾ ਉਹਨਾਂ ਦੇ ਮੂੰਹ 'ਚੋਂ ਤਾਂ ਬਸ ਮੂਰਖ ਦੀਆਂ ਗੱਲਾਂ ਹੀ ਨਿਕਲਣਗੀਆਂ। ਕਹਿੰਦਾ ਯਹੋਵਾ ਦੀਆਂ ਅੱਖਾਂ ਸਭਣੀ ਥਾਈਂ ਲੱਗੀਆਂ ਰਹਿੰਦੀਆਂ ਹਨ ਅਤੇ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਹਨ। ਹਾਲੇਲੂਇਆ। ਕੀ ਹੁੰਦਾ ਵੈ? ਯਹੋਵਾ ਦੀਆਂ ਅੱਖਾਂ ਸਭਣੀ ਥਾਈਂ ਲੱਗੀਆਂ ਰਹਿੰਦੀਆਂ, ਉਹ ਭਲਿਆਂ ਨੂੰ ਵੀ ਤੱਕਦੀਆਂ ਅਤੇ ਬੁਰਿਆਂ ਨੂੰ ਵੀ ਤੱਕਦੀਆਂ। ਹਾਲੇਲੂਇਆ। ਜਿਹਨੇ ਆਪਣੀ ਅੱਖਾਂ ਲਾਈਆਂ ਉਹ ਵੀ ਵੇਖਦਾ, ਉਹਦੇ ਵੀ ਲੱਗੀਆਂ। ਹਾਲੇਲੂਇਆ। ਇਹ ਨਹੀਂ ਵੀ ਆਪਣੀ ਅੱਖਾਂ ਲਾਤੀਆਂ ਉਹ ਨਹੀਂ ਆਪਾਂ ਨੂੰ ਵੇਖਦਾ, ਉਹਦੇ ਵੀ ਲੱਗੀਆਂ ਵੈ। ਆਪਾਂ ਜਦੋਂ ਵੀ ਕੁਛ ਕੰਮ ਕਰਦੇ ਹਾਂ ਕੁਛ ਵੀ ਕਰਦੇ ਹਾਂ ਹਰ ਥਾਂ ਪਰਮੇਸ਼ੁਰ ਦੀਆਂ ਅੱਖਾਂ ਲੱਗੀਆਂ ਰਹਿੰਦੀਆਂ। ਹਾਲੇਲੂਇਆ। ਉਹ ਕਹਿੰਦਾ ਸਭਣੀ ਥਾਈਂ ਲੱਗੀਆਂ ਰਹਿੰਦੀਆਂ, ਉਹ ਬੁਰੇ ਭਲੇ ਦੋਹਾਂ ਨੂੰ ਤੱਕਦੀਆਂ ਰਹਿੰਦੀਆਂ। ਹਾਲੇਲੂਇਆ। ਜਦੋਂ ਆਪਾਂ ਪਰਮੇਸ਼ੁਰ 'ਚ ਆ ਗਏ ਆਪਾਂ ਨੂੰ ਪਰਮੇਸ਼ੁਰ ਵਾਲੇ ਕੰਮ ਕਰਨੇ ਚਾਹੀਦੇ ਹੈ, ਜੋ ਪੰਜ ਵਿਕਾਰ ਆਪਣੇ ਅੰਦਰੋਂ ਜਾਣੇ ਚਾਹੀਦੇ। ਹਾਲੇਲੂਇਆ। ਜੇ ਗੁੱਸਾ ਆ ਗਿਆ, ਕ੍ਰੋਧ ਆ ਗਿਆ, ਪਰਿਆਈ ਆ ਗਈ, ਸਾਰਾ ਕੁਛ ਉਹਦੇ ਨਾਲ ਹੀ ਆਉਂਦਾ। ਹਾਲੇਲੂਇਆ। ਇਹ ਆਪਣੇ ਅੰਦਰੋਂ ਜਾਣਾ ਚਾਹੀਦਾ, ਆਪਣੇ ਅੰਦਰ ਆਤਮਾ ਦੇ ਫਲ ਹੋਣੇ ਚਾਹੀਦੇ ਆ। ਕਹਿੰਦਾ ਸਿਹਤ ਦੇਣ ਵਾਲੀ ਰਸਨਾ ਜਿਉਣ ਦਾ ਬਿਰਸ਼ ਹੈ ਪਰ ਉਹਦੇ ਵਿੱਚ ਆਕੀ ਪੁਣਾਤਮਾ ਦਾ ਤੋੜਨਾ ਹੈ। ਕਹਿੰਦਾ ਸਿਹਤ ਦੇਣ ਵਾਲੀ ਰਸਨਾ, ਕਹਿੰਦਾ ਜੇ ਆਪਣੀ ਮੂੰਹ ਤੋਂ ਹੀ ਪਤਾ ਲੱਗਦਾ ਇਹਦੇ 'ਚ ਥੋੜ੍ਹੀ ਮੋਟੀ ਨਰਮਾਈ ਹੈਗੀ ਆ ਕਿ ਹੈ ਨਹੀਂ। ਹਾਲੇਲੂਇਆ। ਪਰ ਮੈਨੂੰ ਵੀ ਅੱਗੇ ਗੁੱਸਾ ਬਹੁਤ ਆਉਂਦਾ ਸੀ ਜਦੋਂ ਮੈਨੂੰ ਬਾਹਰ ਕਿਸੇ ਨੇ ਗੱਲ ਕਹਿਤੀ, ਮੈਂ ਅਗਲੇ ਦੇ ਘਰ ਪੁੱਛਣ ਤੁਰ ਜਾਂਦੀ ਸੀ ਵੀ ਤੁਸੀਂ ਆਹ ਗੱਲ ਕਹੀ ਤਾਂ ਕਿਉਂ ਕਹੀ। ਹਾਲੇਲੂਇਆ। ਹੁਣ ਭਲਾ ਮੈਨੂੰ ਪਤਾ ਵੀ ਲੱਗ ਜਾ ਤੁਹਾਡੇ ਬਾਰੇ ਕੋਈ ਐਂ ਬੋਲਦਾ, ਤੁਹਾਨੂੰ ਕੋਈ ਐਂ ਕਹਿੰਦਾ, ਮੈਂ ਤਾਂ ਵੀ ਨਹੀਂ ਪੁੱਛਦੀ। ਮੈਂ ਕਹਿੰਦੀ ਹਾਂ ਸਾਨੂੰ ਉਹਨੂੰ ਪੁੱਛਣ ਵਾਲਾ ਉੱਤਰੇ ਪਰਮੇਸ਼ੁਰ ਬੈਠਾ। ਹਾਲੇਲੂਇਆ। ਉੱਥੋਂ ਪਤਾ ਲੱਗਦਾ ਵੀ ਆਪਣੇ ਅੰਦਰ ਗੁੱਸਾ ਹੈਗਾ ਕਿ ਹੈ ਨਹੀਂ ਗਾ, ਇੱਥੋਂ ਪਤਾ ਲੱਗ ਜਾਂਦਾ। ਹਾਲੇਲੂਇਆ। ਇਹ ਆਪਾਂ ਨੂੰ ਪਤਾ ਲੱਗਦਾ ਵੈ ਵੀ ਪਰਮੇਸ਼ੁਰ ਜੀ ਮੇਰੇ ਅੰਦਰ ਹੈਗਾ ਵੈ। ਆਪਾਂ ਨਹੀਂ ਕਿਸੇ ਨੂੰ ਜਵਾਬ ਦੇਣਾ, ਜਵਾਬ ਕਿਹਨੇ ਦੇਣਾ ਵੈ? ਪਰਮੇਸ਼ੁਰ ਹੀ ਦਿੰਦਾ। ਹਾਲੇਲੂਇਆ। ਕਹਿੰਦਾ ਮੂਰਖ ਆਪਣੇ ਪਿਓ ਦੀ ਸਿੱਖਿਆ ਨੂੰ ਤੁੱਛ ਜਾਣਦਾ ਹੈ ਪਰ ਜਿਹੜਾ ਤਾੜ ਨੂੰ ਮੰਨਦਾ ਉਹ ਸਿਆਣਾ ਹੈ। ਮੂਰਖ ਕੀ ਹੁੰਦਾ ਵੈ? ਜੇ ਆਪਣੇ ਘਰ ਵੀ ਕੋਈ ਮੂਰਖ ਜਵਾਕ ਹੋਵੇ ਉਹ ਵੀ ਆਪਣੇ ਮਾਂ ਪਿਓ ਦੀ ਨਹੀਂ ਮੰਨਦਾ। ਹਾਲੇਲੂਇਆ। ਆਪਾਂ ਵੀ ਪਰਮੇਸ਼ੁਰ ਦੀਆਂ ਜਿਹੜੀਆਂ ਗੱਲਾਂ ਨਹੀਂ ਸੁਣਦੇ, ਨਹੀਂ ਉਹਦੇ ਹੁਕਮਾਂ ਦੇ ਚੱਲਦੇ, ਉਹ ਵੀ ਕੀ ਹੈ? ਮੂਰਖ ਹੀ ਹੈ। ਕਹਿੰਦਾ ਪਰ ਜਿਹੜਾ ਤਾੜ ਨੂੰ ਮੰਨਦਾ ਉਹ ਸਿਆਣਾ ਹੈ। ਤਾਂ ਪਰਮੇਸ਼ੁਰ ਵੀ ਆਪਾਂ ਨੂੰ ਤਾੜਦਾ ਰਹਿੰਦਾ, ਉਹ ਵੀ ਆਪਣੇ 'ਤੇ ਗੁੱਸਾ ਕਰ ਲੈਂਦਾ। ਹਾਲੇਲੂਇਆ। ਉਹ ਵੇਖਦਾ ਜੇ ਆਪਾਂ ਨੂੰ ਤਾੜੇ ਨਾ ਆਪਾਂ ਫਿਰ ਵਿਗੜ ਜਾਂਦੇ ਹਾਂ। ਹਾਲੇਲੂਇਆ। ਉਹ ਮਾੜਾ ਮੋਟਾ ਆਪਾਂ ਨੂੰ ਖੜਕਾ ਕੇ ਵੇਖਦਾ ਰਹਿੰਦਾ ਵਾ।